ਕਰਨ ਵਾਸਤੇ ਸਾਰੇ ਮੈਂਬਰ ਸਾਹਿਬਾਨ ਅਸੀਂ ਆਏ ਹਾਂ ਕਿ ਗੁਰੂ ਸਾਹਿਬ ਆਪਨੇ ਆਪਣੇ ਸੇਵਕਾਂ ਨੂੰ ਜਿਹੜੀ ਸੇਵਾ ਬਖਸ਼ੀ ਆ ਹੁਣ ਸੇਵਾ ਕਰਨ ਦਾ ਵੀ ਬਲ ਤੇ ਚਾਉ ਤੇ ਉਤਸਾਹ ਵੀ ਆਪ ਸਾਨੂੰ ਬਖਸ਼ੋ ਇਹ ਗੁਰੂ ਦੇ ਚਰਨਾਂ 'ਚ ਬੇਨਤੀ ਜੋਦਰੀ ਅਰਦਾਸ ਕਰਨ ਵਾਸਤੇ ਔਰ ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਗੁਰੂ ਸਾਹਿਬ ਜ਼ਰੂਰ ਆਪਣੇ ਬੱਚਿਆਂ ਨੂੰ ਸੇਧ ਦੇਣਗੇ ਜ਼ਰੂਰ ਆਪਣੇ ਬੱਚਿਆਂ 'ਤੇ ਤਰਸ ਖਾ ਕੇ ਉਹਨਾਂ ਤੋਂ ਉਹੋ ਜਿਹੀ ਸੇਵਾ ਲੈਣਗੇ ਜੋ ਗੁਰੂ ਚਰਨਾਂ 'ਚ ਪ੍ਰਵਾਨ ਹੋਵੇ ਸਰ ਇੱਕ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਦੇ ਵਿੱਚ ਕਈ ਮੈਂਬਰਾਂ ਨੇ ਕਈ ਖੁਲਾਸੇ ਕੀਤੇ ਨੇ ਕੀ ਚੀਜ਼ਾਂ ਨੇ ਉਹ ਦੇਖੋ ਸਾਰੇ ਮੈਂਬਰਾਂ ਨੇ ਅੱਜ ਦੱਸਿਆ ਕਿ ਕਿਸ ਤਰ੍ਹਾਂ ਸਰਨਾ ਤੁਹਾਡੇ ਵੱਲੋਂ ਬਾਰ ਬਾਰ ਫੋਨ ਕੀਤੇ ਜਾ ਰਹੇ ਆ ਪੈਸੇ ਆਫਰ ਕੀਤੇ ਜਾ ਰਹੇ ਆ ਬੜੇ ਸ਼ਰਮ ਦੀ ਗੱਲ ਆ ਕਿ ਸੰਗਤ ਨੇ ਜੋ ਸੇਵਾ ਕਰਨ ਦੀ ਇਹਨਾਂ ਨੂੰ ਫਤਵਾ ਦਿੱਤਾ ਹੈ ਸਰਦਾਰ ਅਮਰਜੀਤ ਸਿੰਘ ਪਿੰਕੀ ਜੀ ਖੜੇ ਨੇ ਜਾਂ ਸਾਡੇ ਜਗਦੀਪ ਸਿੰਘ ਕਾਹਲੋਂ ਖੜੇ ਨੇ ਜਾਂ ਸਾਡੇ ਜੱਸੀ ਜੀ ਖੜੇ ਨੇ ਜਾਂ ਕਿੰਨੀ ਕਿਉਂ ਦਿੱਤਾ ਸੰਗਤ ਨੇ ਇਹ ਕਿਹਾ ਵੀ ਤੁਸੀਂ ਜਾ ਕੇ ਉੱਥੇ ਸੇਵਾ ਕਰੋ ਔਰ ਪੰਥ ਦੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਭੇਜਿਆ ਹੈ ਲੇਕਿਨ ਇਹਨਾਂ ਨੂੰ ਜਿਹੜੇ ਲੋਕ ਫੋਨ ਕਰਦੇ ਪਏ ਨੇ ਔਰ ਇਹਨਾਂ ਨੇ ਮੈਂ ਇਹਨਾਂ ਨੇ ਉਹਨਾਂ ਦੀ ਰਿਕਾਰਡਿੰਗਾਂ ਕਰ ਲਿਆਂਦੀਆਂ ਕਿ ਦੇਖੋ ਕਿਸ ਤਰ੍ਹਾਂ ਬੋਲਦੇ ਪਏ ਨੇ ਇਹ ਉਹੀ ਲੋਕ ਨੇ ਜਿਹੜੇ ਅੱਜ ਤੋਂ 12 15 ਸਾਲ ਪਹਿਲਾਂ ਵੀ ਇਹ ਗੰਦ ਪਾਉਂਦੇ ਹੁੰਦੇ ਸੀਗੇ ਅੱਜ ਵੀ ਇਹਨਾਂ ਦੀ ਮਾਨਸਿਕਤਾ ਬਦਲੀ ਨਹੀਂ ਅੱਜ ਅਸੀਂ ਡਿਜੀਟਲ ਮੀਡੀਆ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਆ ਸੰਗਤ ਨੇ ਸਾਡੇ ਸਾਰਿਆਂ ਨੂੰ ਤਾਂ ਚੁਣ ਕੇ ਭੇਜਿਆ ਹੈ ਕਿ ਅਸੀਂ ਕੌਮ ਦੀ ਵਫਾਦਾਰੀ ਨਾਲ ਨਿਭਾ ਸਕੀਏ ਸੋ ਮੈਂ ਸਰਨਾ ਸਾਹਿਬ ਨੂੰ ਜ਼ਰੂਰ ਕਹਿਣਾ ਚਾਹੁੰਦਾ ਹੈ ਗੁਰੂ ਤੇ ਥੋੜ੍ਹਾ ਬਹੁਤਾ ਜਿਹੜਾ ਵਿਸ਼ਵਾਸ ਰੱਖਿਆ ਕਰੋ ਇੰਨਾ ਨਹੀਂ ਕਰੀਦਾ ਸਰਕਾਰਾਂ ਨਾਲ ਔਰ ਆਪਣੇ ਪੈਸੇ ਤੇ ਇੰਨਾ ਗਰੂਰ ਨਹੀਂ ਕਰੀਦਾ ਪੈਸਾ ਤੇ ਬਹੁਤਿਆਂ ਲੋਕਾਂ ਕੋਲ ਹੁੰਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪਰ ਗੁਰੂ ਦਾ ਤਰਸ ਜਿਹੜਾ ਉਹ ਕਿਸੇ ਕੋਲ ਹੁੰਦਾ ਸਾਡੇ ਕੋਲ ਗੁਰੂ ਦਾ ਤਰਸ ਤੇ ਗੁਰੂ ਦਾ ਉਲਟਾ ਅਸਰ ਹੈ ਇਧਰੋਂ ਤਾਂ ਤੁਹਾਡੇ ਮੈਂਬਰਾਂ ਨੇ ਜਿਹੜਾ ਹੈ ਉਹ ਖੁਲਾਸੇ ਕਰ ਦਿੱਤੇ ਜਿਨ੍ਹਾਂ ਨੂੰ ਫੋਨ ਆਏ ਨੇ ਤਮਾਮ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਆਪ ਕਹਿ ਰਿਹਾ ਸਾਡਾ ਤਾਂ ਕਹਿੰਦਾ ਪੰਜਾਬੀ ਬਾਗ ਦੀ ਇਲੈਕਸ਼ਨ 'ਚ ਭੂਮ ਪੜਾਸ ਹੋ ਗਿਆ ਮਤਲਬ ਅਸੀਂ ਪੈਸੇ ਖਰਚ ਕਰਕੇ ਅਤੇ ਅਸੀਂ ਕਿਸ ਤਰ੍ਹਾਂ ਵੋਟਾਂ ਖਰੀਦੀਆਂ ਖੁਦ ਐਡਮਿਟ ਕਰ ਰਹੇ ਨੇ ਇਹ ਲੋਕ ਜਿਹੜੇ ਨੇ ਇਹ ਗੁਰੂ ਦੇ ਕਦੇ ਸੱਚੇ ਨਹੀਂ ਹੋ ਸਕਦੇ ਸ਼ਰਾਬ ਔਰ ਪੈਸੇ ਵਰਤਣ ਵਾਲੇ ਲੋਕ ਔਰ ਅੱਜ ਵੀ ਉਹਨਾਂ ਦੀ ਮਾਨਸਿਕਤਾ ਬਦਲ ਗਈ ਨੇ ਤੁਹਾਡੇ ਜਿਹੜੇ ਮੈਂਬਰ ਨੇ ਜਿੱਤ ਕੇ ਆਏ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਉਹਨਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਇਹਦਾ ਮਤਲਬ ਉਹ ਪਾਰਟੀ ਦੇ ਨਾਲ ਨੇ ਪਰ ਇਸ ਤੋਂ ਇਲਾਵਾ ਸਾਡੇ ਦੇਖੋ ਸਾਡੇ ਮੈਂਬਰ ਪਾਰਟੀ ਨਾਲ ਨਹੀਂ ਖਾਲੀ ਕੌਮ ਦੇ ਨਾਲ ਕੌਮ ਨੇ ਜਿਹੜੀ ਨੂੰ ਸੇਵਾ ਬਖਸ਼ੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਬਖਸ਼ੀ ਆ ਅੱਜ ਮੈਂ ਦੱਸਿਆ ਇਹ ਡਿਜੀਟਲ ਮੀਡੀਆ ਦਾ ਜ਼ਮਾਨਾ ਹੈ ਠੀਕ ਹੈ ਉਹ ਭਲੇ ਵੇਲੇ ਹੁੰਦੇ ਸੀ ਪੈਸੇ ਦੇ ਕੇ ਲੋਕਾਂ ਨੂੰ ਖਰੀਦ ਲੈਂਦੇ ਸੀ ਅੱਜ ਕੌਮ ਦੇ ਵਫਾਦਾਰ ਸਿਪਾਹੀ ਜਿੱਤ ਕੇ ਆਏ ਨੇ ਤਾਂ ਹੀ ਲੋਕਾਂ ਨੂੰ ਉਹਨਾਂ ਨੂੰ ਜਿਤਾ ਕੇ ਭੇਜਿਆ ਜਿਹੜੇ ਦੋਗਲੇ ਲੋਕ ਸੀ ਮੈਂ ਤੁਹਾਨੂੰ ਨਾਮ ਗਿਣਾ ਦਿੰਦਾ ਤੁਸੀਂ ਸਾਰੇ ਜਗਦੀਪ ਜੀ ਧਿਆਨ ਦਿਓ ਜੇ ਤੁਹਾਨੂੰ ਪਤਾ ਰਵੇ ਜਿੰਨੇ ਦੋਗਲੇ ਸੀ ਹਰਿੰਦਰਪਾਲ ਸਿੰਘ ਕੀ ਹੋਇਆ ਘਰ ਬਿਠਾ ਦਿੱਤਾ ਹਰਜਿੰਦਰ ਸਿੰਘ ਕੀ ਹੋਇਆ ਘਰ ਬਿਠਾ ਦਿੱਤਾ ਸਵਰਨ ਸਿੰਘ ਬਰਾੜ ਕੀ ਹੋਇਆ ਘਰ ਬਿਠਾ ਦਿੱਤਾ ਚਮਨ ਸਿੰਘ ਕੀ ਹੋਇਆ ਘਰ ਬਿਠਾ ਦਿੱਤਾ ਹਰਜੀਤ ਸਿੰਘ ਜੀ ਕੀ ਹੋਇਆ ਘਰ ਬਿਠਾ ਦਿੱਤਾ ਕੁਲਵੰਤ ਸਿੰਘ ਬਾਟ ਕੀ ਹੋਇਆ ਘਰ ਬਿਠਾ ਦਿੱਤਾ ਜਿਹੜੇ ਐਸੇ ਹਰਮਨਜੀਤ ਸਿੰਘ ਦਾ ਕੀ ਹੋਇਆ ਘਰ ਬਿਠਾ ਦਿੱਤਾ ਜਿਹੜੇ ਐਸੇ ਲੋਕ ਸੀਗੇ ਜਿਹੜੇ ਦੋਗਲੇ ਕੰਮ ਕਰਦੇ ਸੀਗੇ ਸਵੇਰੇ ਇੱਕ ਪਾਰਟੀ ਸ਼ਾਮੀ ਦੂਜੇ ਪਾਰਟੀ 'ਚ ਸੰਗਤ ਨੇ ਉਹਨੂੰ ਘਰ ਬਿਠਾ ਦਿੱਤਾ ਹੈ ਅੱਜ ਉਹਨਾਂ ਦਾ ਵਜੂਦ ਖਤਮ ਕਰ ਦਿੱਤਾ ਹੈ ਇੱਕ ਦੋ ਮੈਂਬਰ ਭੁੱਲ ਗਿਆ ਹੋਊਗਾ ਉਹ ਵੀ ਗੱਲ ਕਰਦੇ ਕਰਦੇ ਚੇਤੇ ਆ ਜਾਣਗੇ ਇਹਨਾਂ ਸਭ ਦਾ ਅੱਜ ਹਾਲਾਤ ਇਹ ਹੋਏ ਨੇ ਬਾਕੀ ਜੋ ਦੂਜੇ ਪਾਰਟੀਆਂ ਤੋਂ ਮੈਂਬਰ ਜਿਹੜੇ ਜਿੰਦੇ ਨੇ ਹਾਂ ਚਲੋ ਕਰ ਦੋ ਮੈਂ ਨਾਮ ਨਹੀਂ ਦੇਦਾ।